अच्छा अभी सुबह सुबह का टाइम है, मोइज दी राती बकरी सोई है ते मोइज भागा जा रहा अपनी बकरी वेखन ते थोड़ा थोड़ा कुछ नहीं कहते। इतने सामने मोइज जी बकरी आ पेडू अंदर बाहर निकाल लिए, वो फल राती मर गया सी अल्लाह माफ़ी दे, ते कमज़ोर फल से तीसरा फल सी बकरी दे, आ दो फल इधर बैठे आ बैठे राती रख गए सी फलान दूध चुका गए सी, ते माशाल्लाह बहुत प्यारे फल, अल्लाह पाक मोइज बेटे की किस्मत करे। आ मोइज पाक था इतना प्यारा इतना खूबसूरत मासूम सा जिहड़ा बकरा पठौरा जिन्हें असीं कहिंदे आ ते ओह पाठा माशाल्लाह माशाल्लाह जंगल च टोया लगता पिया ना, चकल जाएंगे ना टोया लगता बल जाएंगे। ਉਹ ਨਹੀਂ ਇਸ ਤਰ੍ਹਾਂ ਕਰਾਂਗੇ ਨਾ, ਇਹ ਤੋਂ ਲੈ ਜਾਵਾਂਗੇ ਨਾ ਪਕੜ ਕੇ ਇਹਨੂੰ ਕਹੀਂ ਨਾਲ ਲੈ ਜਾਵਾਂਗੇ, ਉਹ ਬਰ ਨਾਲ ਜੰਗਲ ਨਹੀਂ ਹੈਗੀ ਚੁਣਾ ਕੇ ਜਾਈਦਾ, ਉਹ ਜੰਗਲ ਟੋਇਆ ਰੱਖਦਾ ਵਧਾਂਗੇ। ਮਾਸ਼ਾ ਅੱਲਾ ਕਿਸਮਤ ਕਰੇ ਬੇਟਾ, ਵਾਹਿ ਕਰਨੀ ਚਾਹੀਦੀ ਕਿ ਅੱਲਾ ਪਾਕ ਮੋਹਿਤ ਬੇਟੇ ਦੀ ਕਿਸਮਤ ਕਰੇ, ਕਿਉਂਕਿ ਅੱਲਾ ਲੰਮੀ ਜ਼ਿੰਦਗੀ ਦੇ। ਉਹ ਕੱਲ ਉਸਲ ਦੇਖ ਬੜਾ ਡਰ ਲੱਗਦਾ ਮੈਨੂੰ, ਛੋਟੀ ਭਠੋਰੀ ਵੱਲ ਦੇਖ ਕੇ, ਅੜੀ ਸਾਰੀ ਭਠੋਰੀ ਪਈ ਹੈ। ਹਾਂਜੀ ਸਾਰੀ ਚੀਜ਼ ਬੇਟਾ, ਕੋਈ ਚੀਜ਼ ਵੀ ਹੈ ਨਾ। ਹਾਂਜੀ ਮੋਹਿਤ एक बकरा आया ते एक पठोरी है ते भी पठोरी सी ਜੇ ਬੱਕਰੀ ਤੁਸੀਂ ਪਾਠ ਕੀਤੀ ਹੈ ਵਧੀ ਗਿੱਦੀ ਇਹ ਮੋਇਸ ਬੇਟਾ ਲੈ ਕੇ ਆਸੀ ਬੱਕਰੀ ਸੀ ਮੈਂ ਪਾਠ ਸੀ ਛੋਟੀ ਪਾਠ ਸੀ ਜਿਸ ਨੇ ਕੱਲ ਤੁਸੀਂ ਨਹੀਂ ਆਪਣੀ ਵੇਚੀ ਹੈ ਜਿਹੜੀ ਉੱਡੀ ਸੀ ਜਦੋਂ ਲੈ ਕੇ ਆਏ ਮੋਇਸ ਸਾਹਿਬ ਅੱਛਾ ਕਿਤਨਾ ਦੀ ਗਿੱਦੀ ਆਈ ਇਹ ਇਹਦੇ ਨਾਲ ਕਿਹਨੇ ਨੂੰ ਉਮੀਦ ਦਿੱਤੀ ਸੀ ਫਰੀ ਦਿੱਤੀ ਸੀ ਅੱਛਾ ਇਹਨੂੰ ਪਸੰਦ ਦਿੱਤੀ ਆਪਣੇ ਮਾਮਿਆਂ ਨੂੰ ਲੈ ਕੇ ਆਇਆ ਸੀ ਜਾ ਕੇ ਅੱਛਾ ਹਏ ਮਾਮੂ ਨੇ ਇਹ ਕਿੰਨਾ ਆਇਆ ਹਾਂਜੀ ਇਹ ਗਏ ਸੀ ਨੇ ਕਰੇ ਉੱਥੇ ਤੇ ਮਾਮਿਆਂ ਨੇ ਕਾਰਜ ਪਾਤੀ ਫੇ ਇਹਨੂੰ ਇਹ ਤੇ ਆ ਸਭ ਟੋਰੀ ਵੇਚੀ पहले सुबह सुई है पहला। हाँ जी अच्छा माशाल्लाह भी सो एक बहुत सारी खुशी की खबर भी है, एक थोड़ी जी माड़ी खबर भी है माशाल्लाह। राती मोइस बकरी सुई है माशाल्लाह माशाल्लाह उसने, हाँ जी माशाल्लाह उसने माशाल्लाह एक तो मेरा गला खराब है माशाल्लाह, उसने तीन फल दिते सी अच्छा। एक भठोरा एक दो भठोरियां, तो यह खुशी की खबर हो गई ਤੇ ਜਿਹੜੀ ਮਾੜੀ ਖਬਰ ਸੀ ਜਿਹੜਾ ਤੀਸਰਾ ਫਲ ਸੀ ਬਠੋਰੀ ਉਹ ਮਰ ਗਈ ਸੀ ਨਾਤੇ, ਉਹ ਮਾੜੀ ਦੀ ਤੁਹਾਨੂੰ ਆਗੂ ਵੀ ਸਿਖਾਉਂਦੇ ਰਹੇ ਅਸੀਂ ਲੇਕਿਨ ਨਹੀਂ। ਫਿਰ ਇਹ ਮਾਸ਼ਾਲਾ ਦੋ ਜਿਹੜੇ ਲਾ ਉਹਨਾਂ ਨੇ ਲੰਮੀ ਜ਼ਿੰਦਗੀ ਕਰੀ, ਉਹਨਾਂ ਦਾ ਅਸੀਂ ਦੁੱਧ ਦੁੱਧ ਪਿਲਾ ਕੇ ਅਸੀਂ ਫਿਰ ਅੱਗ ਬਾਲ ਕੇ ਅੱਗ ਬਾਹਰ ਨਿਕਾਲ ਕੇ ਉਹਨੂੰ ਮਾਂ ਕੇ ਛੋੜਿਆ ਸੀ, ਤੀਸਰਾ ਜਿਹੜਾ ਹੁਣ ਅਸੀਂ ਟੋਇਆ ਲੱਗ ਦੱਬਣ ਚੱਲੇ ਹਾਂ, ਟੋਇਆ ਲੱਗ ਪੂਰੇ ਹੋਵਾਂਗੇ ਨਾ ਤਾਂ ਕਿ ਉਸਨੂੰ ਕਾਂ ਚਿੜੀਆਂ ਅਤੇ ਕੁੱਤੇ ਨਾ ਖਾਣਗੇ। ਹਾਂਜੀ ਤਿੰਨ ਦਿੱਤੇ ਸੀ ਤੇ ਮੋਈ ਸਾਹਿਬ ਨੂੰ ਦੇਖ ਕੇ ਮੇਰੇ ਨਾਲ ਗੈਸ ਕਹਿੰਦਾ ਚਾਚੂ ਹਾਂਜੀ ਅੱਬੂ ਜੀ ਨੇ ਕਿਹਾ ਪੁੱਤ ਮਿਠਾਈ ਖਿਲਾ ਤੇ ਮੈਨੂੰ ਕਹਿੰਦਾ ਸਾਡੀ ਇੱਕ ਤਾਂ ਮਰ ਗਈ ਆ ਪੈਸੇ ਵੀ ਹਾਨੀ ਆ। ਮੈਂ ਕਿਹਾ ਅੱਛਾ ਪੁੱਤ ਨਾ ਖਵਾ ਫਿਰ ਉਹਨਾਂ ਨੂੰ ਪਾਪਾ ਉੱਗ ਗਿਆ। ਹਾਂਜੀ ਨਹੀਂ ਬਿਟੀਆ ਰਾਨੀ ਦੀ ਆਪਣੀ ਜਗ੍ਹਾ ਨੰਨੀ ਪਰੀ ਤੇ ਉਹ ਇਨਸ਼ਾਅੱਲਾ ਨਾਮ ਵੀ ਡਿਸਾਈਡ ਪਤਾ ਨਹੀਂ ਬਾਈ ਜਦੋਂ ਦਾ ਉਹਦੇ ਤੋਂ ਪਤਾ ਚੱਲੇ ਜੀ ਤਾਂ ਰੱਖ ਲਓ। ਮੈਂ ਕਿਹਾ ਚਲੋ ਜੀ ਇਹਦਾ ਦਿਲ ਕਰ ਉਹਦਾ ਮਾਮਾ ਪਪਾ ਇਹਦਾ ਦਿਲ ਕਰ ਨੇ ਮਾਮਾ ਪਪਾ ਇਹਦਾ ਤੇ ਰੱਖਦੇ ਨੇ ਬੈਸਟ ਉਹਨਾਂ ਵਾਸਤੇ ਭਈ ਉਹ ਜਿਹੜੇ ਵੀ ਰੱਖਦੇ ਨੇ ਸਾਡੇ ਵਾਸਤੇ ਸਾਡੀ ਧੀ ਰਾਣੀ ਰਹਿਣੀ ਵਾਲਾ ਮਾਜੀ ਰੰਗ ਰੱਖਦੇ ਨੇ ਤੇ ਨਾਮ ਚ ਕੀ ਰੱਖਿਆ ਆਇਆ ਤੇ ਵਿਕਿਆ ਆ ਨਾਮ ਰੱਖਣ ਜਿਹੜਾ ਅੰਮੀ ਆਪਾਂ ਹਾਂ ਜੀ ਕਿ ਕਿਉਂਕਿ ਮੈਨੂੰ ਨਾ ਨਹੀਂ ਪਤਾ ਸਾਰਾ ਨਾਮ ਸਿੱਧਾ ਹੀ ਕਾਇਆ ਹੁੰਦਾ ਤੇ ਪੁੱਠਾ ਨਹੀਂ ਕੋਈ ਬੋਲਦਾ। ਰਾਤੀ ਨੀ ਛਿੜੀ ਮਾਸ਼ਾਅੱਲਾ ਤੇਲ ਲਗਾ ਦੇ ਹਾਂਜੀ ਅੰਮੀ ਉਹ ਮੈਂ ਰਾਤੀ ਕੈਪਸਲ ਵੀ ਖਾਧੇ ਨਾਲ ਨਾ ਕੈਪਸਲ ਦੋ ਗੋਲੀਆਂ ਉਹ ਵੀ ਬੜੇ ਫਾਇਦੇਮੰਦ ਸਾਬਤ ਹੋਈਆਂ ਆ ਜਦੋਂ ਮੈਂ ਸੌਂਗਾ ਫਿਰ ਪਤਾ ਨਹੀਂ ਫਿਰ ਭਾਜੀ ਦਾ ਮੈਨੂੰ ਫੋਨ ਆਇਆ ਨਾ ਫਿਰ ਮੈਨੂੰ ਰਾਤੀ ਉੱਠਿਆ ਤਿੰਨ ਵਜੇ 10 ਮਿੰਟ ਰਹਿੰਦੇ ਸੀ ਕਹਿੰਦੇ ਦੁੱਧ ਨੀ ਪਿਲਾਇਆ ਜਾਂਦਾ ਮੈਂ ਪਹਿਲਾਂ
ਗਾਲਾਂ ਦੱਸ ਦਿੰਦੇ ਫਿਰ ਮੈਂ ਤੂੰ ਮੈਂ ਕੋਲ ਫੱਟੀ ਫੁੱਟੀ ਕੋਨ ਸੀ ਮੈਂ ਆਖਿਆ ਮੈਂ ਬੈਠਾ ਰਹਿਣਾ ਉਦੋਂ ਮੇਰੇ ਦਰਦ ਸ਼ੁਰੂ ਹੋਏ ਤੇ ਕਿਰਮੇ ਝੜ ਬਾਬਾ ਨਿੱਕੇ ਨਿੱਕੇ ਦੋ ਲੈ ਲਏ ਸੀ ਦੁੱਧ ਵੀ ਝੜ ਬਾਬਾ ਲਾਤਾ ਉਹਨੇ ਤੇਰੇ ਪਾਜੀ ਕਹਿੰਦੀ ਸੀਗੀ ਵੀ ਐਤਵਾਰ ਵਾਲਾ ਦਿਨ ਡੋਨਾ ਪੈਂਦਾ ਜਿਨ ਜਿਨ ਉਹਨਾਂ ਕੋਲ ਦਵਾਈ ਲਈ ਦਵਾਈ ਥੋੜੀ ਲਵੇ ਇੰਨੇ ਦਿਨਾਂ ਦੀ ਨਾ ਲਿਆ ਕਰੇ ਵੀ ਇਹ ਜਿਹੜੀ ਇੰਨੀ ਲੈ ਕਹਿੰਦੀ ਕਿੱਥੇ ਪੈਂਦਾ ਉੱਥੇ ਪਤਾ ਪੂਰੀ ਨਹੀਂ ਮਲਦਾਨ ਇੱਥੇ ਜਾ ਬਾਦਲ ਮਲਦਾਨ ਰੋਡ ਤੇ ਫਿਰ ਆਦਨ ਪਤਾ ਆ ਉਹ ਕਹਿੰਦੇ ਕੋ ਟਾਈਮ ਲੈਣਾ ਪੈਂਦਾ ਕਹਿੰਦੀ ਵੀ ਮੈਂ ਆਪਣੇ ਬੁਗਲੋ ਨੰਬਰ ਲੈ ਕੇ ਦੇ ਨਹੀਂ ਨੰਬਰ ਪਹਿਲਾਂ ਲਾਉਣਾ ਪੈਂਦਾ ਬਹੁਤ ਰਸ਼ ਹੁੰਦਾ ਐਤਵਾਰ ਵਾਲੇ ਦਿਨ ਕੋ ਅੱਛਾ ਤੇ ਕਹਿੰਦੀ ਵੀ ਜਿਸ ਮਰੀਜ਼ ਨੂੰ ਲਈਆ ਜੁਗਸਾ ਨਾਲ ਨਹੀਂ ਮੇਰਾ ਵਾਹ ਭਾਈ ਵਾਹ ਚਾਚੂ ਕੇ ਸਾਥ ਖੇਲ ਰਹੀ ਹੈ ਬਿੱਟਰ ਰਾਨੀ ਆਜੋ उठो तुसी आ लो रवा दिती अम्मी दी कॉल आई थी भाई जवेद ने चुकी सी अम्मी आंदी प्राण वाहा इनू कि मंजी ते पा जा सिर बन लैण दे कुड़ी दा कल नूं इहने आखणा वी मम्मा ने मेरा सिर नहीं बनाया सिर नू हाथ ला दियो ला दियो ला दियो बिटी रानी शनि परी बड़ी चुप रही लाके बैठो रो बच्चा मेरे को जरा भी चुप रो कर छोटा कोई बच्चा भी हो किडे सुकून पई जो बच्चा रोन लगे माता गोडा हिलाओ बच्चा चनी परी चा मक्खियां ने बहुत तंग करना ते मच्छरदानी लैके आने पड़े बेबी मच्छरदानी भाभी इहदे वास्ते हां जी चुटकी सी मच्छरदानी हां जी बेबी मच्छरदानी मिलदी ना ओ लैके आवांगे इहदे वास्ते अच्छा ये चाचू अपने के साथ खेल रही है चाची नहीं छेती चाची तंग नहीं करती अपनी बिटर रानी को हां जी अच्छा भी ਦੇਖਾਂਗੇ ਸਾਡੀ ਛੋਟੀ ਨੰਨੀ ਪਰੀ ਜ਼ਿਆਦਾ ਪਿਆਰ ਕਿਹਨੂੰ ਕਰਦੀ ਹੈ ਆਪਣੀ ਚਾਚੀ ਦੀ ਜਾਂ ਚਾਚੇ ਨੂੰ ਅੱਗੇ ਤੁਸੀਂ ਮੈਨੂੰ ਇੱਕ ਵਾਰ ਚੱਕਣ ਦਿਓ ਫਿਰ ਤੈਨੂੰ ਮੈਂ ਦੱਸਾਂ ਸਾਰੇ ਬੱਚੇ ਨਾ ਜਿੰਨੇ ਵੀ ਉਹ ਤੁਸੀਂ ਨਹੀਂ ਸੀ ਨਾ ਆਲ ਉਹ ਸਾਰੇ ਪਤਾ ਕੀ ਕਹਿੰਦੇ ਜੇ ਬੱਚਾ ਜ਼ਿਆਦਾ ਪਿਆਰ ਕਰ ਰਿਹਾ ਇੱਕ ਹਮਨਾ ਉਹ ਸੇੜ ਮਾਰ ਜਾਂਦੀ ਗੋਲੀ ਕਰ ਜਾਂਦੀ ਕਹਿੰਦੀ ਮੈਨੂੰ ਹੋਰ ਮੈਨੂੰ ਕਹਿੰਦੀ ਤੁਹਾਨੂੰ ਤੁਹਾਨੂੰ ਕਹਿੰਦੀ ਮੈਨੂੰ ਜ਼ਿਆਦਾ ਪਿਆਰ ਕਰਦੀ ਹੈ ਮੋਇਜ਼ ਹੋ ਗਿਆ ਹੁਣ ਹਾਂ ਹਿਬਾ ਹੋ ਗਈ ਉਹ ਕਹਿੰਦੀ ਹੁਣ ਚਾਚੂ ਜ਼ਿਆਦਾ ਪਿਆਰ ਕਰ ਰਿਹਾ ਸੀ ਚੋ ਕੇ ਮਾ ਤੇ ਦੇਖੋ नहीं तोड़िया मुछा चुप रोए दी नहीं चुप दी किसी ता करे शेव करा के ना ना बीबी थी मेरी तो बड़ी अच्छी बेटी है चलो तू मैं टाउन गल ना भाई चलनी तेनू चली जे कदे मेरे पैणा मोई के पता नहीं हिबा ने क्या भी मम्मा ने चली जे पाए से ते पई नहीं नहीं पै जांदे बच्चे पै जांदी भाभी फिर चली चे लाओ ते नीचे जेड़ा ना ओ जेड़ा गत्ता पिया ना ओ इधर सिर दे नीचे रखो हो भाभी नहीं बनना अल्ला दी बंदी नहीं बनना सिर इंजे झोली सिर्फ झोली जो हलाई रखो ना झोली हलाई बच्चे दा सिर अपने आप तेरा बनदा है असि वे सारे बच्चे ने बनाए नहीं आगे ते अगली साइड तो अगली साइड अम्मी मेरी आदी सवा महीने तक ए दा सिर बनना है ते फिर सख्त हो जाना है 6 महीने तक बच्चे दा सिर बनदा 6 महीने तक पूरा बनदा है
ਭੁੱਖ ਲੱਗੀ ਕੋਈ ਚੀਜ਼ ਦੇ ਦਿਓ ਵਿਚਾਰੀ ਨੂੰ ਦੇ ਦਿਓ ਦੇ ਦਿਓ ਭੁੱਖ ਲੱਗੀ ਲੱਗੀਆਂ ਪੁੱਤਰੀ ਨੂੰ ਭੁੱਖਾਂ ਲੱਗ ਗਈਆਂ ਟਾਫੀ ਲੈ ਕੇ ਆਵੇ ਚਾਚੀ ਟਾਫੀਆਂ ਖਾਣੀਆਂ ਸਹੀ ਹਾਂਜੀ ਹਾਂਜੀ ਅੱਛਾ ਜੀ ਇਸਕੋ ਭੁੱਖ ਲੱਗ ਰਹੀ ਹੈ ਦੇਖੀ ਗੱਲਾਂ ਕਰਦੀ ਪਈ ਹੈ ਭੁੱਖ ਨਹੀਂ ਲੱਗਦੀ ਪਈ ਦੇਖ ਲਾ ਇਸ ਤਰ੍ਹਾਂ ਬੱਚਾ ਗੱਲਾਂ ਕਰਦਾ ਹੁੰਦਾ ਹੈ ਜਦੋਂ ਬੱਚਾ ਜ਼ਿਆਦਾ ਰਹੇ ਭੁੱਖ ਤੋਂ ਲੱਗੀ ਹੁੰਦੀ ਹੈ ਛੋਨੂੰ ਛੋਨੂੰ ਆ ਲੋ ਫਿਰ ਲੱਗ ਗਈ ਹੱਲੇ ਦੱਸਿਆ ਨੇ ਕਿ ਲੈਣ ਲੱਗ ਗਈ ਹੁਣ ਭੁੱਖ ਲੱਗੀ ਭੁੱਖਾ ਪੁੱਤ ਨੂੰ ਕੋਈ ਗੱਲ ਨਹੀਂ ਬਹੁਤ ਹੁਣੀ ਫਿਲਟਰ ਪਾ ਦਿੰਦੇ ਆ ਗਾਇਆਂ ਦਾ ਦੁੱਧ ਪੀਣਾ ਮੇਰੇ ਪੁੱਤ ਨੇ ਡੱਬੇ ਵਾਲਾ ਪੀਣਾ ਹੈ ਕਮਜ਼ੋਰ ਹੋ ਗਈ ਗਾਇਆਂ ਵਾਲਾ ਫੋਕਾ ਹੁੰਦਾ ਨਾ ਮੇਰੇ ਡੱਬੇ ਨਾਲ ਬਿਠਾ ਹੁੰਦਾ ਹੈ ਹਾਂ ਇਹ ਗੋਣਾ ਬੀਜੀ